ਸਿਕੰਦਰ ਡਾਂਸ ਅਕੈਡਮੀ ਵਿੱਚ ਟੈਲੀਫਿਲਮ ਅਸਲੀ ਦੌਲਤ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਟੈਲੀਫਿਲਮ ਨੂੰ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਅੱਜ ਕੱਲ੍ਹ ਦੇ ਬਿਜ਼ੀ ਸ਼ੈਡਿਊਲ ਵਿੱਚ ਅਸੀਂ ਇੰਨੇ ਜ਼ਿਆਦਾ ਮਸ਼ਰੂਫ ਹੁੰਦੇ ਜਾ ਰਹੇ ਹਾਂ, ਨਾ ਆਪਣੇ ਬੱਚਿਆਂ ਦਾ ਧਿਆਨ ਰੱਖ ਪਾਉਂਦੇ ਹਾਂ ਤੇ ਨਾ ਹੀ ਆਪਣੇ ਮਾਤਾ ਪਿਤਾ ਦਾ। ਬਸ ਇਹ ਕਹਾਣੀ ਜਿਸ ਵਿੱਚ ਪ੍ਰੋਡਿਊਸਰ ਡਾਇਰੈਕਟਰ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਾਂ ਬਾਪ ਹੀ ਸਾਡੀ ਅਸਲੀ ਦੌਲਤ ਨੇ, ਜਿਨ੍ਹਾਂ ਨੂੰ ਅਸੀਂ ਆਪਣੀ ਦੁਨਿਆਵੀ ਮਾਇਆ ਦੇ ਝਾਂਸੇ ਵਿੱਚ ਆ ਕੇ ਭੁੱਲ ਜਾਂਦੇ ਹਾਂ। ਅਸਲੀ ਦੌਲਤ ਅੱਜ ਮੂਵੀ ਦੀ ਪ੍ਰੋਡਿਊਸਰ ਜਿਹੜੇ ਲਾਂਚ ਕਰ ਰਹੇ ਹੈ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹ ਬੇਸ ਪੰਜਾਬੀ ਮੂਵੀ ਹੈ, ਇਹ ਮਦਰ ਦੇ ਉੱਤੇ ਬਣਾਈ ਗਈ ਹੈ। ਜਿਹੜੀਆਂ ਸਾਡੀਆਂ ਮਾਂ ਹੈ ਉਹੀ ਸਾਡੀ ਅਸਲੀ ਦੌਲਤ ਹੈ। ਇੱਕ ਫੈਮਿਲੀ ਬੇਸ ਮੂਵੀ ਹੈ। ਆਈ ਥਿੰਕ ਸਾਰੀ ਫੈਮਿਲੀਆਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਇਹ ਮੂਵੀ ਦੇਖਣ ਲਈ ਜ਼ਰੂਰ ਹਨ। ਇਹ ਬੇਸ ਸਾਰਾ ਫੈਮਿਲੀ ਦੇ ਉੱਤੇ ਜੁੜਿਆ ਹੋਇਆ, ਸਾਰਾ ਕਲਚਰ ਦੇ ਵਿੱਚ ਜੋ ਸਾਡਾ ਹਿੰਦੂ ਕਲਚਰ ਚੱਲਦਾ ਆ ਰਿਹਾ ਉਹਦੇ ਰਿਲੇਟਡ ਮੂਵੀ ਹੈ। ਹਾਂਜੀ, ਅੱਜ ਕੱਲ੍ਹ ਲਾਈਕ ਕਹਿ ਸਕਦੇ ਹਾਂ ਕਿ ਕਲਯੁੱਗ ਆ ਗਿਆ ਹੈ, ਜਿਹਦੇ ਵਿੱਚ ਅਸੀਂ ਪੇਰੈਂਟਸ ਨੂੰ ਇੱਜ਼ਤ ਨਹੀਂ ਦਿੰਦੇ, ਆਪਣੀ ਦੁਨੀਆ ਦੇ ਵਿੱਚ ਮਸਤ ਹਾਂ। ਅਤੇ ਮੈਂ ਸਭ ਨੂੰ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮਾਂ ਪਿਓ ਤੋਂ ਉੱਤੇ ਜ਼ਿੰਦਗੀ 'ਚ ਕੁਛ ਨਹੀਂ, ਉਹਨਾਂ ਨੇ ਸਾਡੀ ਜ਼ਿੰਦਗੀ ਲਈ ਬਹੁਤ ਕੁਛ ਕੀਤਾ ਹੈ, ਅਤੇ ਸਾਡੀ ਵੀ ਡਿਊਟੀ ਜਾਂ ਫਰਜ਼ ਹੈਗਾ ਕਿ ਅਸੀਂ ਉਹਨਾਂ ਨੂੰ ਆਪਣੇ ਨਾਲ ਰੱਖ ਕੇ ਚੱਲੀਏ। ਹਾਂਜੀ, ਇਟਸ ਟੈਲੀ ਫਿਕਸ ਸੋਰੀ ਇਹ ਡੇਢ ਘੰਟੇ ਦੀ ਮੂਵੀ ਹੈ। ਅਸੀਂ ਫਿਲਮ ਦੇ ਵਿੱਚ, ਫਿਲਮ ਦਾ ਨਾਮ ਹੈਗਾ ਅਸਲੀ ਦੌਲਤ। ਇਹ ਫਿਲਮ ਦੇ ਵਿੱਚ ਮੈਂ ਇਹ ਦਿਖਾ ਰਿਹਾ ਕਿ ਜਿਹੜੀ ਦੌਲਤ ਹੁੰਦੀ ਹੈ, ਅਸਲੀ ਦੌਲਤ ਹੁੰਦੀ ਹੈ, ਤੁਹਾਡੇ ਮਾਂ ਬਾਪ ਹੁੰਦੇ ਨੇ, ਪੈਸਾ ਸਭ ਕੁਛ ਨਹੀਂ। ਅਤੇ ਮੇਰਾ ਬਸ ਅੱਜ ਯੂਥ ਨੂੰ ਇਹ ਮੈਸੇਜ ਹੈ ਕਿ ਇਹ ਫਿਲਮ ਤੁਸੀਂ ਆਪਣੇ ਥੀਏਟਰ ਵਿੱਚ ਦੇਖਣ ਜ਼ਰੂਰ ਜਾਇਓ, ਕਿਉਂਕਿ ਜਿਹਨਾਂ ਨੂੰ ਜਿਹੜੇ ਲੋਕ ਸਮਝਦੇ ਕਿ ਪੈਸਾ ਹੀ ਸਭ ਕੁਛ ਹੁੰਦੇ ਆ, ਮਾਂ ਬਾਪ ਨਹੀਂ ਹੁੰਦੇ, ਤਾਂ ਉਹਨਾਂ ਲਈ ਫਿਲਮ ਦੇਖਣੀ ਬਹੁਤ ਜ਼ਰੂਰੀ ਹੈ। ਜਿਸ ਫਿਲਮ ਦਾ ਡਾਇਰੈਕਟਰ ਕੁਵਰ ਅਮਿਤ ਸਿੰਘ ਹੈ, ਅਗਰ ਇਹਦੇ ਪ੍ਰੋਡਕਸ਼ਨ ਕੀਤੇ ਗੋਲਡਨ ਆਰਟ ਜੀ ਨੇ, ਅਤੇ ਪ੍ਰੋਡਿਊਸਰ ਹੈਗੇ ਨੇ ਆਪਣੇ ਕਮਲ ਨਥਰਾ ਜੀ। ਲੁਧਿਆਣਾ ਤੋਂ ਅਜੇ ਪਾਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।